ਹਰਾਈ ਨਜ਼ਰ ਆ ਰਹੀ ਹੈ। ਇੱਥੋਂ ਐਂ ਲੱਗ ਰਿਹਾ ਕਿ ਜਿਸ ਤਰ੍ਹਾਂ ਬਾਈ ਜੀ ਇਹ ਘਾਹ ਵਗੈਰਾ ਹੁੰਦਾ ਕੋਈ, ਲੇਕਿਨ ਇਹ ਹੈਗਾ ਜੀ ਖਜੂਰਾਂ ਦੇ ਬਾਗ ਆ ਸਾਰੇ ਹੀ। ਇਹ ਉਹ ਸਾਰਾ ਹੀ ਇੱਧਰੋਂ ਲੈ ਕੇ ਸਾਰੇ ਇੱਥੇ ਤੱਕ ਹੈਗੇ ਖਜੂਰਾਂ ਦੇ ਬਾਗ, ਅਤੇ ਜਿਹੜੇ ਅਸੀਂ ਇੰਨੀ ਹਾਈਟ 'ਤੇ ਮੌਜੂਦ ਹਾਂ ਜਿਹਦੀ ਵਜ੍ਹਾ ਤੋਂ ਇਹ ਬਾਈ ਜੀ ਲੱਗ ਰਿਹਾ ਛੋਟਾ ਛੋਟਾ ਸਭ ਕੁਝ ਲੱਗ ਰਿਹਾ। ਸਾਊਦੀ ਲੋਕ ਬੈਠੇ ਹੋਏ ਆ, ਇਹ ਮੌਸਮ ਬਾਈ ਬੈਠੇ ਹੋਏ ਆ, ਇਹ ਨਾਜ਼ਮ ਬਾਈ ਬੈਠੇ ਹੋਏ ਆ, ਲਤੀਫੁਰ ਰਹਿਮਾਨ ਬੈਠੇ ਹੋਏ ਆ ਸਾਰੇ ਇੱਥੇ, ਅਤੇ ਐਡੇ ਨਾਜ਼ਮ ਬਾਈ ਇਹ ਸਾਨੂੰ ਇੱਥੇ ਲੈ ਕੇ ਆਏ ਹੋਏ ਆ। ਅਸਲਾਮੁ ਅਲੈਕਮ ਹਾਂਜੀ ਦੋਸਤੋ, ਕੀ ਹਾਲ ਚਾਲ, ਉਮੀਦ ਕਰਦਾ ਸਾਰੇ ਵੀਰ ਭਰਾ ਠੀਕ ਹੋਣਗੇ। ਬਾਈ ਜੀ ਅਸੀਂ ਇਸ ਟਾਈਮ ਮੌਜੂਦ ਹਾਂ ਸਾਊਦੀ ਅਰਬ ਦੇ ਸ਼ਹਿਰ ਅਲੂਲਾ ਦੇ ਵਿੱਚ, ਅਤੇ ਇਸ ਟਾਈਮ ਅਸੀਂ ਮੌਜੂਦ ਹਾਂ ਇੱਕ ਬਹੁਤ ਜ਼ਿਆਦਾ ਹਾਈਟ 'ਤੇ ਉੱਚਾ ਪਹਾੜ ਆ, ਯਾਨੀ ਕਿ ਉਹਦੇ ਉੱਪਰ ਮੌਜੂਦ ਹਾਂ ਅਸੀਂ। ਅਤੇ ਇੱਥੇ ਬਾਈ ਜੀ ਬਣਿਆ ਹੋਇਆ ਵਾ ਇੱਕ ਵਿਜ਼ਿਟਿੰਗ ਪੁਆਇੰਟ ਬਣਿਆ ਹੋਇਆ, ਇਹ ਦੇਖ ਸਕਦੇ ਹਾਂ ਅਸੀਂ। ਸਾਊਦੀ ਲੋਕ ਵਾ, ਉਸ ਤੋਂ ਇਲਾਵਾ ਦੂਸਰੀਆਂ ਕੰਟਰੀਆਂ ਤੋਂ ਵੀ ਆਏ ਹੋਏ ਆ, ਯਾਨੀ ਕਿ ਕੋਈ ਫਿਲਪੀਨੀ ਆ ਜਾਂ ਕੋਈ ਜੈਪਨੀਜ਼ ਆ, ਸਾਊਦੀ ਆ ਦੇਖ ਸਕਦੇ ਹਾਂ। ਅਤੇ ਇਹ ਬਾਈ ਜੀ ਹੈਗਾ ਜੀ ਸਾਰਾ ਅਲੂਲਾ ਸ਼ਹਿਰ, ਇਹ ਦੇਖ ਸਕਦੇ ਹਾਂ ਅਸੀਂ। ਇਹ ਤੁਹਾਨੂੰ ਲੱਗ ਰਿਹਾ ਹੋਣਾ ਜਿੱਦਾਂ ਛੋਟੀਆਂ ਛੋਟੀਆਂ ਬਿਲਡਿੰਗਾਂ ਲੱਗ ਰਹੀਆਂ, ਲੇਕਿਨ ਇਹ ਛੋਟੀਆਂ ਨੇ ਬਹੁਤ ਜ਼ਿਆਦਾ ਵੱਡੀਆਂ ਬਿਲਡਿੰਗਾਂ, ਤਕਰੀਬਨ ਕੋਈ 8-8 10-10 ਸਟੋਰੀ ਦੇ ਨਾ ਇਹ ਬਿਲਡਿੰਗਾਂ ਬਾਈ ਜੀ, ਇਹ ਤਕਰੀਬਨ 8-8 10-10 ਸਟੋਰੀ ਬਿਲਡਿੰਗਾਂ ਸਾਰੀਆਂ ਜਿਹੜੀਆਂ ਇਸ ਟਾਈਮ ਛੋਟੀਆਂ ਛੋਟੀਆਂ ਮਹਿਸੂਸ ਹੋ ਰਹੀਆਂ। ਬਾਕੀ ਬਾਈ ਜਿਹੜੀ ਤੁਹਾਨੂੰ ਇਹ ਹਰਾਈ ਨਜ਼ਰ ਆ ਰਹੀ ਹੈ, ਇੱਥੋਂ ਐਂ ਲੱਗ ਰਿਹਾ ਕਿ ਜਿਸ ਤਰ੍ਹਾਂ ਬਾਈ ਜੀ ਇਹ ਘਾਹ ਵਗੈਰਾ ਹੁੰਦਾ ਕੋਈ, ਲੇਕਿਨ ਇਹ ਹੈਗਾ ਜੀ ਖਜੂਰਾਂ ਦੇ ਬਾਗ ਆ ਸਾਰੇ ਹੀ। ਇਹ ਉਹ ਸਾਰਾ ਹੀ ਇੱਧਰੋਂ ਲੈ ਕੇ ਸਾਰੇ ਇੱਥੇ ਤੱਕ ਹੈਗੇ ਖਜੂਰਾਂ ਦੇ ਬਾਗ, ਅਤੇ ਜਿਹੜੇ ਅਸੀਂ ਇੰਨੀ ਹਾਈਟ 'ਤੇ ਮੌਜੂਦ ਹਾਂ ਜਿਹਦੀ ਵਜ੍ਹਾ ਤੋਂ ਇਹ ਬਾਈ ਜੀ ਲੱਗ ਰਿਹਾ ਛੋਟਾ ਛੋਟਾ ਸਭ ਕੁਝ ਲੱਗ ਰਿਹਾ। ਬਾਕੀ ਇਹ ਜਿਹੜੇ ਘਰ ਬਣੇ ਹੋਏ ਸਾਰੇ ਬਿਲਕੁਲ, ਇਹ ਵੀ ਤਕਰੀਬਨ 5-5-6-6 ਦੌਰ ਦੀਆਂ ਸਾਰੀ ਬਿਲਡਿੰਗਾਂ, ਅਤੇ ਇਹ ਜਿਹੜੇ ਪਹਾੜ ਆ ਇਹ ਵੀ ਇਸ ਟਾਈਮ ਮਹਿਸੂਸ ਹੋ ਰਿਹਾ ਤਕਰੀਬਨ ਛੋਟੇ ਛੋਟੇ, ਕਿਉਂਕਿ ਇਹ ਸਾਰੇ ਇਸ ਤੋਂ ਛੋਟੇ ਛੋਟੇ ਮਹਿਸੂਸ ਹੋ ਰਿਹਾ। ਅਸੀਂ ਇਸ ਟਾਈਮ ਬਹੁਤ ਜ਼ਿਆਦਾ ਹਾਈਟ 'ਤੇ ਮੌਜੂਦ ਹਾਂ, ਇਹ ਦੇਖੋ ਜੀ। ਨਾਲ ਇੱਕ ਉਹ ਬੰਦਾ ਸਾਹਮਣੇ ਬੈਠਾ ਹੋਇਆ ਗਿਟਾਰ ਜਿਹਾ ਲੈ ਕੇ, ਉਹ ਬਾਈ ਜੀ ਚਲਾਈ ਜਾਂਦਾ ਨਾਲ ਹੀ ਮਿਊਜ਼ਿਕ ਵਗੈਰਾ, ਅਤੇ ਮਾਹੌਲ ਫਿਰ ਬਣਾਇਆ ਹੋਇਆ, ਇਹ ਦੇਖ ਸਕਦੇ ਹਾਂ ਸਾਰੇ ਹੀ ਲੋਕ ਆਏ ਹੋਏ ਆ। ਇਹ ਦੇਖੋ ਜੀ ਅਸੀਂ ਇਸ ਟਾਈਮ ਮੌਜੂਦ ਹਾਂ ਅਲੂਲਾ ਸ਼ਹਿਰ ਦੇ ਵਿੱਚ, ਇਹ ਦੇਖੋ ਜੀ ਤਕਰੀਬਨ ਮੇਰਾ ਖਿਆਲ ਕੋਈ 1000 ਫੁੱਟ ਇਸ ਟਾਈਮ ਅਸੀਂ ਬੁਲੰਦੀ 'ਤੇ ਮੌਜੂਦ ਹਾਂ। ਇਹ ਬਾਈ ਜੀ ਜਿਹੜਾ ਏਰੀਆ ਵਾ, ਇਹ ਤਕਰੀਬਨ ਸਾਰਾ ਇਲਾਕਾ ਜਾਂ ਸ਼ਹਿਰ ਕਹਿ ਲਓ, ਇਹ ਤਕਰੀਬਨ ਮੇਰਾ ਖਿਆਲ ਕੋਈ 6000 ਸਾਲ ਪੁਰਾਣਾ ਇਹ ਏਰੀਆ ਜੀ। ਇਹ ਦੇਖੋ ਪਹਾੜ ਕਿਸ ਤਰ੍ਹਾਂ ਸਾਰੇ ਬਾਈ ਜੀ, ਇਹ ਕੋਈ ਖੁਰ ਗਏ ਆ ਕੋਈ ਭੁਰ ਗਏ ਆ, ਦੇਖੋ ਹਜੇ ਤੱਕ ਫਿਰ ਵੀ ਇਹ ਮੌਜੂਦ ਆ, ਅਤੇ ਖੁਰਨ ਭੁਰਨ ਦੇ ਬਾਵਜੂਦ ਵੀ ਇਹਨਾਂ ਦੀ ਇੰਨੀ ਹਾਈਟ ਆ, ਅਤੇ ਦੇਖੋ ਫਿਰ ਵੀ ਕਿਸ ਤਰ੍ਹਾਂ ਬੰਦੇ ਨੂੰ ਖੌਫ ਮਹਿਸੂਸ ਹੁੰਦਾ ਜਦੋਂ ਬੰਦਾ ਬਿਲਕੁਲ ਇਹਨਾਂ ਦੇ ਕੋਲ ਜਾਂਦਾ ਨਾ, ਕਿਉਂਕਿ ਬਹੁਤ ਜ਼ਿਆਦਾ ਉੱਚੇ ਆ ਅਤੇ ਬਹੁਤ ਜ਼ਿਆਦਾ ਹਾਈਟ ਆ। ਇਹ ਬਾਈ ਜੀ ਇਹਨਾਂ ਦਾ ਹੈਗਾ ਇੱਥੇ ਸਕਿਉਰਟੀ ਸਿਸਟਮ ਜਿਹੜਾ ਸਾਰਾ ਹੀ, ਕਿ ਬੰਦਾ ਜਿਹੜਾ ਇੱਥੇ ਉੱਪਰ ਆਉਂਦਾ ਵਾ ਉਹਨੂੰ ਰੋਕ ਦਿੰਦੇ ਆ ਕਿ ਤੂੰ ਅੱਗੇ ਨਹੀਂ ਇਸ ਤੋਂ ਜਾਣਾ, ਕਿ ਬੰਦਾ ਐਵੇਂ ਕੋਈ ਹਾਦਸਾ ਨਾ ਹੋ ਜਾਵੇ, ਕੋਈ ਥੱਲੇ ਨਾ ਚਲ ਜਾਵੇ, ਕਿਉਂਕਿ ਇੱਥੋਂ ਬੰਦਾ ਜਿਹੜਾ ਥੱਲੇ ਗਿਆ ਨਾ ਉਹ ਬੰਦਾ ਸਾਬਤਾ ਨਹੀਂ ਰਹਿਣਾ, ਕਿਉਂਕਿ ਇੰਨੀ ਹਾਈਟ ਹੈ, ਇੱਕ ਤਾਂ ਬੰਦਾ ਹੁੰਦਾ ਕਿ ਬੰਦੇ ਦੀ ਮੌਤ ਹੋ ਜਾਣੀ, ਉਹਦੇ ਇੰਨੇ ਕੁ ਪੀਸ ਬਣ ਜਾਣੇ ਆ ਕਿ ਜਿੱਦਾਂ ਬੰਦੇ ਦਾ ਉਹ ਕੀਮਾ ਨਹੀਂ ਹੁੰਦਾ ਇਹ ਸੀਨ ਹੋ ਜਾਣਾ, ਕਿਉਂਕਿ ਇੰਨੀ ਹਾਈਟ ਹੈ। ਉਸ ਤੋਂ ਬਾਅਦ ਥੋੜ੍ਹਾ ਮਾਹੌਲ ਮੈਂ ਤੁਹਾਨੂੰ ਦੂਸਰੀ ਸਾਈਡ ਤੋਂ ਵੀ ਚੈੱਕ ਕਰਾਉਂਦਾ, ਇਹ ਦੇਖੋ ਸਾਰੇ ਇੱਧਰ ਬੈਠੇ ਹੋਏ ਆ ਸਾਊਦੀ ਲੋਕ ਬੈਠੇ ਹੋਏ ਆ, ਇਹ ਮੌਸਮ ਬਾਈ ਬੈਠੇ ਹੋਏ ਆ, ਇਹ ਨਾਜ਼ਮ ਬਾਈ ਬੈਠੇ ਹੋਏ ਆ, ਇਹ ਲਤੀਫੁਰ ਰਹਿਮਾਨ ਬੈਠੇ ਹੋਏ ਆ ਸਾਰੇ ਇੱਥੇ, ਅਤੇ ਐਡੇ ਨਾਜ਼ਮ ਬਾਈ ਇਹ ਸਾਨੂੰ ਇੱਥੇ ਲੈ ਕੇ ਆਏ ਹੋਏ ਆ, ਅਤੇ ਮੈਂ ਤੁਹਾਨੂੰ ਇੱਧਰਲਾ ਹੀ ਮਾਹੌਲ ਚੈੱਕ ਕਰਾਉਂਦਾ। ਥੋੜ੍ਹਾ ਮੈਂ ਜਾ ਰਿਹਾ ਅੱਗੇ, ਮਾਸ਼ਾਅੱਲਾ ਬੱਚੇ ਵੀ ਇੰਜੋਏਮੈਂਟ ਕਰ ਰਹੇ। ਇਹ ਬਾਈ ਜੀ ਸਫਾਈ ਦਾ ਇੱਥੇ ਬਹੁਤ ਜ਼ਿਆਦਾ ਖਿਆਲ ਰੱਖਿਆ ਜਾਂਦਾ, ਨਾਲ ਕੋਈ ਵੀ ਕਚਰਾ ਵਗੈਰਾ ਹੁੰਦਾ ਵਾ ਅਤੇ ਨਾਲ ਹੀ ਉਹ ਸਾਫ਼ ਕਰਾ ਦਿੰਦੇ। ਇਹ ਦੇਖੋ ਜੀ ਹੁਣ ਬਾਈ ਜੀ ਮੋਬਾਈਲ ਦੀ ਇੰਨੀ ਜ਼ੂਮਿੰਗ ਨਹੀਂ ਹੈ ਜਿੰਨੇ ਦੂਰ ਪਹਾੜ ਆ, ਅਤੇ ਲੱਗਦਾ ਇਹੀ ਹੈ ਜਿੱਦਾਂ ਕਿ ਇਹ ਕੋਲ ਕੋਲ ਆ, ਲੇਕਿਨ ਬੰਦਾ ਜਾਵੇ ਨਾ ਬਹੁਤ ਦੂਰ ਪਹਾੜ ਆ, ਕਿਉਂਕਿ ਹਾਈਟ ਬਹੁਤ ਜ਼ਿਆਦਾ ਵਾ ਜਿਹਦੀ ਵਜ੍ਹਾ ਤੋਂ ਇੰਨਾ ਬੰਦੇ ਨੂੰ ਨਾ ਕੈਮਰਾ ਕੈਚ ਨਹੀਂ ਕਰਦਾ।
ਇਹ ਮਾਹੌਲ ਬੰਦਾ ਦੇਖ ਸਕਦਾ ਵਾ ਆਪਣੀਆਂ ਲਾਈਵ ਮੰਜ਼ਰ ਦੇਖ ਸਕਦਾ ਲਾਈਵ ਅੱਖਾਂ ਨਾਲ। ਕੈਮਰੇ 'ਚ ਉਹ ਚੀਜ਼ ਰਿਕਾਰਡ ਨਹੀਂ ਹੁੰਦੀ ਜਿਹੜੀ ਬੰਦਾ ਲਾਈਵ ਦੇਖਦਾ। ਇਹ ਪਹਾੜ ਤੁਸੀਂ ਦੇਖ ਸਕਦੇ, ਮੈਂ ਥੋੜ੍ਹਾ ਜਿਹਾ ਜ਼ੂਮ ਕਰਦਾ, ਇਹ ਦੇਖੋ ਜੀ ਕਿਸ ਤਰ੍ਹਾਂ ਜੀ। ਅਤੇ ਇਹ ਸਾਰੇ ਵਿੱਚ ਹੈਗਾ ਜੀ ਅਲੂਲਾ ਸ਼ਹਿਰ, ਦੇਖੋ ਜੀ ਸ਼ਾਮ ਦਾ ਮਾਹੌਲ ਹੋ ਗਿਆ। ਅਤੇ ਬਾਈ ਜੀ ਕੱਲ੍ਹ ਅਸੀਂ ਗਏ ਸੀ ਇੱਕ ਹੋਰ ਪੁਆਇੰਟ ਸੀ, ਅੱਜ ਆਏ ਹੋਏ ਹਾਂ ਇੱਥੇ ਅਸੀਂ। ਉੱਥੇ ਬਾਈ ਜੀ ਮਾਹੌਲ ਬੜਾ ਜ਼ਬਰਦਸਤ ਬਣਾਇਆ ਹੋਇਆ ਸੀ ਉਹਨਾਂ ਨੇ, ਉਹ ਨਾਲ ਸ਼ੀਸ਼ਾ ਵਗੈਰਾ ਇਸੇ ਤਰ੍ਹਾਂ ਮਿਊਜ਼ਿਕ ਵਗੈਰਾ ਚੱਲਦਾ, ਨਾਲ ਹੀ ਕਾਵਾ ਸ਼ਾਵਾ ਵੀ ਚੱਲਦਾ, ਆਈਸਕ੍ਰੀਮ ਵਗੈਰਾ ਸਿਸਟਮ, ਖਾਣ ਪੀਣ ਦਾ ਸਮਾਨ। ਅਤੇ ਇੱਥੇ ਲੋਕ ਸੋਦੀ ਲੋਕ ਜ਼ਿਆਦਾ ਹੁੰਦੇ ਆ, ਸ਼ਾਮ ਨੂੰ ਆ ਜਾਂਦੇ ਆ ਫੈਮਲੀਆਂ ਸਮੇਤ ਆ ਕੇ ਇੱਥੇ ਬਾਈ ਜੀ ਆਪਣਾ 2 ਘੰਟੇ ਜਾਂ 4 ਘੰਟੇ ਟਾਈਮ ਇੱਥੇ ਪਾਸ ਕਰਦੇ ਆ, ਹਵਾ ਸ਼ਵਾ ਲੈਂਦੇ ਆ, ਅਤੇ ਉਸ ਤੋਂ ਬਾਅਦ ਬਾਈ ਜੀ ਫਿਰ ਚਲੇ ਜਾਂਦੇ ਆ। ਇਹ ਦੇਖੋ ਜੀ, ਅਤੇ ਇੱਥੇ ਕਰਦੇ ਬਾਈ ਜੀ ਵੀਡੀਓ ਦਾ ਐਂਡ। ਅਤੇ ਉਮੀਦ ਕਰਾਂਗੇ ਤੁਹਾਨੂੰ ਇਹ ਸਾਡਾ ਇੱਕ ਛੋਟਾ ਜਿਹਾ ਕਲਿੱਪ ਜਿਹੜਾ ਅਸੀਂ ਰਿਕਾਰਡ ਕੀਤਾ, ਇੱਕ ਛੋਟਾ ਜਿਹਾ ਵਲੋਗ ਕੀਤਾ ਸੀ ਤਿਆਰ ਬਾਈ ਜੀ, ਉਮੀਦ ਕਰਾਂਗੇ ਕਿ ਤੁਹਾਨੂੰ ਪਸੰਦ ਆਇਆ ਹੋਵੇਗਾ। ਅਤੇ ਅਗਰ ਪਸੰਦ ਆਇਆ ਤਾਂ ਬਾਈ ਜੀ ਲਾਈਕ ਫਾਲੋ ਜ਼ਰੂਰ ਕਰਿਓ। ਇਨਸ਼ਾਅੱਲਾ ਮਿਲਾਂਗੇ ਫਿਰ ਇੱਕ ਨਵੀਂ ਵੀਡੀਓ ਨਾਲ, ਉਨ ਦੇਰ ਤੱਕ ਰੱਬ ਰਾਖਾ।